ਤਾਂ ਦੇਖਿਆ ਕਿਵੇਂ ਪੰਜ ਤਾਰਾ ਰਿਜ਼ੋਰਟ ਦੇ ਅੰਦਰ ਅੱਗ ਲੱਗੀ ਹੈ। ਅੱਗ ਕਈ ਫੁੱਟ ਉੱਪਰ ਤੱਕ ਇਸ ਦੀਆਂ ਲਪਟਾਂ ਜਾ ਰਹੀਆਂ ਨੇ। ਦੇਖ ਸਕਦੇ ਹੋ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਰਿਜ਼ੋਰਟ ਦੇ ਅੰਦਰ ਅੱਗ ਲੱਗੀ ਹੈ। ਅੰਦਰ ਕਈ ਲੋਕ ਜਿਹੜੇ ਨੇ ਫਸੇ ਹੋਏ ਨੇ, ਇਸ ਤਰੀਕੇ ਦੀ ਗੱਲ ਦੱਸੀ ਜਾ ਰਹੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਸੱਦ ਲਈਆਂ ਗਈਆਂ ਨੇ ਅਤੇ ਲਗਾਤਾਰ ਪੂਰੀ ਪੁਲਿਸ ਅਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੇ ਕਰਮੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਅੱਗ ਲੱਗਣ ਦੇ ਪਿੱਛੇ ਸ਼ਾਰਟ ਸਰਕਟ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਪੱਕਾ ਨਹੀਂ ਕਹਿ ਸਕਦੇ ਕਿ ਸੱਚੀ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਹੈ, ਪਰ ਜਿਹੜੀ ਅੱਗ ਲੱਗੀ ਹੈ ਤੁਸੀਂ ਵੇਖ ਹੀ ਸਕਦੇ ਹੋ, ਮੇਜਰ ਫਾਇਰ ਹੈ। ਅੰਦਰ ਲੋਕ ਫਸੇ ਹੋਏ ਨੇ, ਸ਼ੱਕ ਦੱਸਿਆ ਜਾ ਰਿਹਾ ਕਿ ਕੁਝ ਲੋਕ ਜਿਹੜੇ ਇਸ ਰਿਜ਼ੋਰਟ ਦੇ ਵਿੱਚ ਕੰਮ ਕਰਦੇ ਸੀ ਉਹ ਅੰਦਰ ਫਸੇ ਹੋਏ। ਫਾਇਰ ਬ੍ਰਿਗੇਡ ਫੋਰਸ ਲੱਗੀ ਹੋਈ ਹੈ ਅੱਗ ਬੁਝਾਉਣ ਦੇ ਵਿੱਚ, ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਤਸਵੀਰਾਂ ਰਾਜਧਾਨੀ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਲੀਪੁਰ ਇਲਾਕੇ ਦੇ ਵਿੱਚ ਕਾਰਨੀਵਲ ਰਿਜ਼ੋਰਟ ਦੇ ਅੰਦਰ ਅੱਗ ਲੱਗੀ ਹੈ। ਕਾਰਨੀਵਲ ਰਿਜ਼ੋਰਟ 5 ਤਾਰਾ ਰਿਜ਼ੋਰਟ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ। ਅੱਗ ਲੱਗਣ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ, ਹਾਲਾਂਕਿ ਅੱਗ ਕਿਸ ਕਾਰਨਾਂ ਤੋਂ ਲੱਗੀ ਇਹ ਨਹੀਂ ਸਾਹਮਣੇ ਸਪਸ਼ਟ ਕਰ ਸਕੇ। ਤਾਂ ਦੇਖਿਆ ਕਿਵੇਂ ਪੰਜ ਤਾਰਾ ਰਿਜ਼ੋਰਟ ਦੇ ਅੰਦਰ ਅੱਗ ਲੱਗੀ ਹੈ। ਅੱਗ ਕਈ ਫੁੱਟ ਉੱਪਰ ਤੱਕ ਇਸ ਦੀਆਂ ਲਪਟਾਂ ਜਾ ਰਹੀਆਂ ਨੇ। ਦੇਖ ਸਕਦੇ ਹੋ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਰਿਜ਼ੋਰਟ ਦੇ ਅੰਦਰ ਅੱਗ ਲੱਗੀ ਹੈ। ਅੰਦਰ ਕਈ ਲੋਕ ਜਿਹੜੇ ਨੇ ਫਸੇ ਹੋਏ ਨੇ, ਇਸ ਤਰੀਕੇ ਦੀ ਗੱਲ ਦੱਸੀ ਜਾ ਰਹੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਸੱਦ ਲਈਆਂ ਗਈਆਂ ਨੇ ਅਤੇ ਲਗਾਤਾਰ ਪੂਰੀ ਪੁਲਿਸ ਅਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੇ ਕਰਮੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਅੱਗ ਲੱਗਣ ਦੇ ਪਿੱਛੇ ਸ਼ਾਰਟ ਸਰਕਟ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਪੱਕਾ ਨਹੀਂ ਕਹਿ ਸਕਦੇ ਕਿ ਸੱਚੀ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਹੈ, ਪਰ ਜਿਹੜੀ ਅੱਗ ਲੱਗੀ ਹੈ ਤੁਸੀਂ ਵੇਖ ਹੀ ਸਕਦੇ ਹੋ, ਮੇਜਰ ਫਾਇਰ ਹੈ। ਅੰਦਰ ਲੋਕ ਫਸੇ ਹੋਏ ਨੇ, ਸ਼ੱਕ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਜਿਹੜੇ ਇਸ ਰਿਜ਼ੋਰਟ ਦੇ ਵਿੱਚ ਕੰਮ ਕਰਦੇ ਸੀ ਉਹ ਅੰਦਰ ਫਸੇ ਹੋਏ। ਫਾਇਰ ਬ੍ਰਿਗੇਡ ਫੋਰਸ ਲੱਗੀ ਹੋਈ ਹੈ ਅੱਗ ਬੁਝਾਉਣ ਦੇ ਵਿੱਚ, ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਤਸਵੀਰਾਂ ਰਾਜਧਾਨੀ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਲੀਪੁਰ ਇਲਾਕੇ ਦੇ ਵਿੱਚ ਕਾਰਨੀਵਲ ਰਿਜ਼ੋਰਟ ਦੇ ਅੰਦਰ ਅੱਗ ਲੱਗੀ ਹੈ। ਕਾਰਨੀਵਲ ਰਿਜ਼ੋਰਟ 5 ਤਾਰਾ ਰਿਜ਼ੋਰਟ ਹੈ
ਜਿਸ ਦੇ ਵਿੱਚ ਅੱਗ ਲੱਗੀ ਹੈ। ਅੱਗ ਲੱਗਣ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ, ਹਾਲਾਂਕਿ ਅੱਗ ਕਿਸ ਕਾਰਨਾਂ ਤੋਂ ਲੱਗੀ ਇਹ ਨਹੀਂ ਸਾਹਮਣੇ ਸਪਸ਼ਟ ਕਰ ਸਕੇ।